ਗੁੱਡ ਈਵਨਿੰਗ ਟੂ ਆਲ ਅੱਜ ਜਿਹੜੀ ਅਸੀਂ ਵੀਡੀਓ ਤੁਹਾਡੇ ਸਾਹਮਣੇ ਅਪਲੋਡ ਕਰਨ ਜਾ ਰਹੇ ਹਾਂ ਉਹ ਹੈ ਕਯੂ ਕਾਰਡ ਇਹ ਜਿਹੜਾ ਕਯੂ ਕਾਰਡ ਹੈ ਇਹ ਤੁਹਾਨੂੰ ਪੀਡੀਐਫ ਦੇ ਵਿੱਚ ਮਿਲੂਗਾ ਹਾਲਾਂਕਿ ਹਜੇ ਪੀਡੀਐਫ ਨਹੀਂ ਆਈ ਹੈਗੀ ਬਟ ਇਹ ਤੁਹਾਨੂੰ ਜਿਹੜੀ ਵੀ ਪੀਡੀਐਫ ਆਉਗੀ ਜਨਵਰੀ ਤੋਂ ਲੈ ਕੇ ਅਪ੍ਰੈਲ ਮੰਥ ਦੇ ਤੱਕ ਮੱਕਦ ਅਸ ਦੀ ਸਪੀਕਿੰਗ ਪੀਡੀਐਫ ਉਹਦੇ ਵਿੱਚ ਇਹ ਤੁਹਾਨੂੰ ਕਯੂ ਕਾਰਡ ਦੇਖਣ ਨੂੰ ਮਿਲੂਗਾ ਸੋ ਅਸੀਂ ਪਹਿਲਾਂ ਹੀ ਤੁਹਾਡੇ ਸਾਹਮਣੇ ਜਿਹੜਾ ਇਹਦਾ ਸੈਂਪਲ ਆਨਸਰ ਆ ਉਹ ਅਸੀਂ ਦੇ ਰਹੇ ਹਾਂ ਜੇ ਤੁਹਾਨੂੰ ਔਖਾ ਲੱਗਦਾ ਹੋਵੇ ਤਾਂ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਔਰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਇਹਨੂੰ ਪੂਰਾ ਕਾਪ ਜਨਰੇਟ ਕਰ ਸਕਤੀ ਹਾਂ ਇਹਦੇ ਵਿੱਚ ਤੁਸੀਂ ਹੋਰ ਤੁਸੀਂ ਬੋਲ ਸਕਦੇ ਹੋ ਇਹਦੇ ਵਿੱਚ ਐਡੀਸ਼ਨਸ ਕਰਕੇ ਲਾਈਨ ਸੀ ਤੇ ਨਾਲ ਦੀ ਨਾਲ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਇਹ ਕਯੂ ਕਾਰਡ ਚੰਗਾ ਲੱਗਦਾ ਹੋਵੇ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਜ਼ਿਆਦਾ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾ ਉੱਥੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਹੁਣ ਆਪਾਂ ਅੱਜ ਦੀ ਜਿਹੜੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਹਾਂਜੀ ਕਿਉ ਕਰਦਾ ਨਾਮ ਹੈ ਡਿਸਕ੍ਰਾਈਬ ਐਨ ਐਕਸਾਈਟਿੰਗ სპੋਰਟ ਯੂ نو ਅਬਾਊਟ ਕੋਈ სპੋਰਟ ਜਿਹੜੀ ਬਹੁਤ ਜ਼ਿਆਦਾ ਐਕਸਾਈਟਿੰਗ ਔਰ ਤੁਸੀਂ ਉਹਦੇ ਬਾਰੇ ਜਾਣਦੇ ਹੋ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਔਰ ਐਗਜ਼ਾਮੀਨਰ ਤੁਹਾਡ ਤੋਂ ਕਿਸ ਟਾਈਪ ਦੇ ਕੁਐਸਚਨ ਪੁੱਛ ਸਕਦਾ ਦੇਖਦੇ ਹਾਂ ਵਾਟਸ სპੋਰਟ ਇਟ ਇਜ਼ ਕਿਹੜੀ ਕਿਹੜੀ სპੋਰਟ ਹੈਗੀ ਆ ਉਹਦੇ ਬਾਰੇ ਤੁਸੀਂ ਦੱਸਣਾ ਹਾਊ ਯੂ نو ਅਬਾਊਟ ਇਟ ਤੁਸੀਂ ਇਸ ਬਾਰੇ ਕਿਵੇਂ ਜਾਣਦੇ ਆ ਵੈਦਰ ਇਟ ਇਜ਼ ਡਿਫਿਕਲਟ ਟੂ ਪਲੇ ਕਿ ਇਹ ਜਿਹੜੀ ਪਲੇ ਕਰਨੇ ਡਿਫਿਕਲਟ ਹੈਗੀ ਕਿ ਨਹੀਂ ਇਹਨੂੰ ਖੇਲਣਾ ਸੌਖਾ ਕਿ ਔਖਾ ਇਹ ਆਪਾਂ ਦੱਸਾਂਗੇ ਹ ਜਨਰਲ ਲਾਈਨ ਤੋਂ ਆਪਾਂ ਸਟਾਰਟ ਕਰਾਂਗੇ ਔਰ स्टार्ट ਕਰਦੇ ਹਾਂ ਸੈਂਪਲ ਅਨਸਰ ਐਕਸਾਈਟਿੰਗ ਸਪੋਰਟਸ ਪ੍ਰੋਵਾਈਡ ਇਸ ਫਨ ਐਂਟਰਟੇਨਮੈਂਟ ਐਂਡ ਇਵਨ ਥ੍ਰਿਲਿੰਗ ਐਕਸਪੀਰੀਅੰਸ ਕਿੰਨੇ ਜਿਹੜੀ ਐਕਸਾਈਟਿੰਗ ਸਪੋਰਟ ਆ ਉਹ ਆਪਾਂ ਨੂੰ ਕੀ ਆ ਫਨ ਦਿੰਦੀ ਆ ਐਂਟਰਟੇਨਮੈਂਟ ਕਰਦੀ ਆ ਆਪਾਂ ਨੂੰ ਤੇ ਨਾਲ ਦੇ ਨਾਲ ਥ੍ਰਿਲਿੰਗ ਐਕਸਪੀਰੀਅੰਸ ਆਪਾਂ ਨੂੰ ਮਿਲਦਾ ਥੇਰ ਆਰ ਸੈਵਰਲ ਡਿਫਰੈਂਟ ਕਾਈਂਡਸ ਆਫ ਸਪੋਰਟਸ ਵਿਚ ਪੀਪਲ ਪਲੇ ਥੀਸ ਡੇਸ ਸਚ ਐਸ ਵਾਟਰ ਸਕਾਈੰਗ ਸਕੂਬਾ ਡਾਈਵਿੰਗ অর ਆਈਸ ਰਾਫਟਿੰਗ ਕਹਿੰਦੇ ਬਹੁਤ ਸਾਰੇ ਡਿਫਰੈਂਟ ਕਾਈਂਡਸ ਦੇ ਜਿਹੜੇ ਸਪੋਰਟਸ ਨੇ ਉਹ ਲੋਕ ਅੱਜਕੱਲ੍ਹ ਦੇ ਵਿੱਚ ਖੇਡਦੇ ਆ ਲਾਈਕ ਜਿੱਦਾ ਵਾਟਰ ਸਕਾਈੰਗ ਹੋ ਗਿਆ ਸਕੂਬਾ ਡਾਈਵਿੰਗ ਹੋ ਗਿਆ অর ਆਈਸ ਰਾਫਟਿੰਗ ਹੋ ਗਿਆ ਬਟ ਹੇਅਰ ਆ ਵੁੱਡ ਲਾਈਕ ਟੂ ਟਾਕ ਅਬਾਊਟ ਆਈਸ ਹਾਕੀ ਵਿਚ ਆ ਰੀਲੀ ਫੈਸੀਨੇਟਿਡ ਟੂਵਰਡਸ ਇਟ ਬਟ ਕਿੰਦੇ ਮੈਂ ਤੁਹਾਨੂੰ ਸਪੋਰਟ ਬਾਰੇ ਦੱਸਣਾ ਚਾਹੁੰਦਾ ਜਿਹੜੀ ਕਿ ਮੈਂ ਬਹੁਤ ਜ਼ਿਆਦਾ ਫੈਸੀਨੇਟਿਡ ਆ ਬਹੁਤ ਜ਼ਿਆਦਾ ਉਤੇਜੀ ਤਾਂਉਣ ਦੇ ਲਈ অর ਉਸ ਗੇਮ ਦਾ ਨਾਮ ਹੈਗਾ ਆਈਸ ਹਾਕੀ ਆਈਸ ਹੌਕੀ ਇਜ਼ ਡਿਸਿਮਿਲਰ ਦੈਨ ਆਰਡੀਨਰੀ ਸਪੋਰਟ ਕਹਿੰਦੇ ਜਿਹੜੀ ਆਈਸ ਹੌਕੀ ਆ ਉਹ ਕੀ ਸਿਮਿਲਰ ਨਹੀਂ ਹੈਗੀ ਆਰਡੀਨਰੀ ਸਪੋਰਟ ਦੇ ਨਾਲੋਂ ਡਿਸਿਮਿਲਰ ਆ ਇਟ ਇਜ਼ ਯੂਜ਼ੂਅਲੀ ਪਲੇਡ ਔਨ ਦਾ ਆਈਸ ਕਹਿੰਦੇ ਜਿਹੜੀ ਇਹ ਖੇਲ ਆ ਆਮ ਤੌਰ ਤੇ ਆਈਸ ਦੇ ਉੱਪਰ ਬਰਫ਼ ਦੇ ਉੱਪਰ ਖੇਲੀ ਜਾਂਦੀ ਆ ਵਾਈਲ ਦਾ ਪਲੇਅਰਸ ਨੀਡ ਟੂ ਬੀ ਅ ਸਕੇਟ ਡੂਰਿੰਗ ਦਾ ਪਲੇ ਕਹਿੰਦੇ ਜਿਹੜੇ ਪਲੇਅਰਸ ਨੇ ਇਸ ਗੇਮ ਦੇ ਵਿੱਚ ਜਿਹੜੇ ਪਾਰਟਿਸਿਪੇਟ ਕਰਦੇ ਨੇ ਉਹਨਾਂ ਨੂੰ ਸਕੇਟਸ ਪਾਣੇ ਪੈਂਦੇ ਨੇ ਜਦੋਂ ਵੀ ਉਹ ਪਲੇ ਕਰਦੇ ਨੇ ਇਸ ਗੇਮ ਨੂੰ ਬਿਸਾਈਡਸ देर ਆਰ 6 ਪਲੇਅਰਸ ਇਨ ਈਚ ਆਫ ਦਾ ਸਾਈਡਸ ਕਹਿੰਦੇ ਇਹਦੇ ਨਾਲ ਨਾਲ 6 ਪਲੇਅਰ ਹੁੰਦੇ ਨੇ ਹਰ ਇੱਕ ਸਾਈਡ ਦੇ ਉੱਪਰ ਐਂਡ ਵਨ ਆਫ ਥੈਮ ਫਰਮ ਈਚ ਆਫ ਦਾ ਟੀਮ ਤਾਂ ਕਿ ਇਹ ਕਹਿੰਦੇ ਦੋਨਾਂ ਟੀਮਾਂ ਦੇ ਵਿੱਚੋਂ ਜਿਹੜਾ ਇੱਕ ਹੁੰਦਾ ਟ੍ਰਾਈਸ ਟੂ ਪ੍ਰੋਟੈਕਟ ਦਾ ਗੋਲਸ ਫਰਮ ਆਪੋਜੀਸ਼ਨ ਤਾਂ ਉਹ ਗੋਲਸ ਨੂੰ ਪ੍ਰੋਟੈਕਟ ਕਰਦਾ ਗੋਲ ਹੋਣ ਨਹੀਂ ਦਿੰਦਾ ਜਿਹੜੀ ਆਪੋਜੀਸ਼ਨ ਟੀਮ ਆਉਂਦੀ ਜਿਹੜੇ ਆਪੋਜ਼ਿਟ ਖੇਲ ਰਹੀ ਆ there are no balls rather than a rubber puck is used to score the uh, score the goal ਕਹਿੰਦੇ ਇਹਦੇ ਵਿੱਚ ਕੋਈ ਬਾਲ ਨਹੀਂ ਹੁੰਦੀ ਹੈਗੀ ਇਹਦੇ ਵਿੱਚ ਇੱਕ ਰਬੜ ਪੱਕ ਹੁੰਦੀ ਆ ਜਿੰਦੇ ਨਾਲ ਆਪਾਂ ਜਿਹੜੇ ਸਕੋਰ ਆ ਉਹ ਆਪਾਂ ਬਣਾਉਨੇ ਆ ਆਈ ਹੈਵ ਬੀਕਮ ਅ ਰੈਗੂਲਰ ਸਪੈਕਟਟਰ ਆਫ ði ਸਪੋਰਟ ਕਹਿੰਦੇ ਮੈਂ ਰੈਗੂਲਰ ਸਪੈਕਟਟਰ ਮਤਲਬ ਇਹ ਜਿਹੜੀ ਖੇਲ ਹੈ ਜਿਹੜੀ ਸਪੋਰਟ ਉਹ ਮੈਂ ਦੇਖਦਾ ਯੈਸ ਥਿਸ ਇਜ਼ ਅ ਡਿਫਿਕਲਟ ਸਪੋਰਟ ਕਹਿੰਦੇ ਹਾਂ ਕਿ ਇਹ ਡਿਫਿਕਲਟ ਸਪੋਰਟ ਹੈਗੀ ਇਟ ਨੀਡਸ ਲੋਟਸ ਆਫ ਫਿਜ਼ੀਕਲ એનર્ਜੀ ਐਂਡ ਸਟਰੈਂਥ ਕਹਿੰਦੇ ਇਸ ਗੇਮ ਨੂੰ ਖੇਲਣ ਦੇ ਲਈ ਬਹੁਤ ਜ਼ਿਆਦਾ એનર્ਜੀ ਦੀ ਲੋੜ ਹੈ ਤੇ ਬਹੁਤ ਜ਼ਿਆਦਾ ਸਟਰੈਂਥ ਦੀ ਲੋੜ ਹੈਗੀ ਆ ਬਿਸਾਈਡਸ ਟੂ ਪਲੇ ਦਾ ਸਪੋਰਟ ਕਹਿੰਦੇ ਖੇਲਣ ਦੇ ਨਾਲ ਨਾਲ ਵਨ ਨੀਡਸ ਟੂ ਲਰਨ ਟੂ ਰਨ ਔਨ ਆਈਸ ਯੂਜ਼ਿੰਗ ਫੋਰਸ ਕਹਿੰਦੇ ਜ਼ਰੂਰਤ ਹੈਗੀ ਹੈ ਕਿ ਕਿੱਦਾਂ ਆਪਾਂ ਮਤਲਬ ਆਈਸ ਦੇ ਉੱਪਰ ਭੱਜਣਾ ਸਕੇਟਸ ਦੇ ਥਰੂ ਫਾਲਿੰਗ ਔਨ ਦਾ ਗਰਾਉਂਡ ਇਜ਼ ਅ ਕਾਮਨ ਇਸ਼ੂ ਹੇਅਰ ਕਹਿੰਦੇ ਗਰਾਉਂਡ ਦੇ ਉੱਪਰ ਡਿੱਗਣਾ ਇੱਕ ਕਾਮਨ ਇਸ਼ੂ ਹੈ ਇਸ ਗੇਮ ਦੇ ਉੱਪਰ ਦਾ ਪਲੇਅਰਸ ਵੀਅਰ ਡਿਫੈਂਸਿਵ ਕਲੋਥਸ ਦਾ ਪਲੇਅਰਸ ਵੀਅਰ ਡਿਫੈਂਸਿਵ ਕਲੋਥਸ ਐਂਡ ਸਟਰੋਂਗ ਹੈਲਮਟਸ ਕਹਿੰਦੇ ਜਿਹੜੇ ਪਲੇਅਰਸ ਨੇ ਉਹਨਾਂ ਨੂੰ ਕਲੋਥਸ ਪਾਣੇ ਪੈਂਦੇ ਨੇ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਨ ਤੇ ਹੈਲਮਟਸ ਵੀ ਪਾਣੇ ਪੈਂਦੇ ਨੇ ਆ ਟੂ ਮੀ ਥਿਸ ਇਜ਼ ਅ ਰੀਅਲੀ ਐਕਸਾਈਟਿੰਗ ਸਪੋਰਟ ਟੂ ਕੀਪ ਫਿਟ ਫਿਜ਼ੀਕਲੀ ਕਹਿੰਦੇ ਮੇਰੇ ਅਕੋਰਡਿੰਗ ਬਹੁਤ ਜ਼ਿਆਦਾ ਐਕਸਾਈਟਿੰਗ ਸਪੋਰਟ ਨੇ ਜਿਹੜੀ ਮੇਰੀ ਜਿਹੜੀ ਮੇਰੀ ਫਿਜ਼ੀਕਲੀ ਜਿਹੜੀ ਮੈਨੂੰ ਫਿੱਟ ਰੱਖਦੇ ਨੇ ਫਿਜ਼ੀਕਲੀ ਤੌਰ ਤੇ ਸੋ ਏਸੀਕਿਊ ਕਾਰਡ ਆਈ ਹੋਪ ਤੁਹਾਨੂੰ ਚੰਗਾ ਲੱਗਾ ਹੋਊਗਾ ਇਹ ਕਿਊ ਕਾਰਡ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਸਾਨੂੰ ਤੁਸੀਂ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਨਾਲ ਦੀ ਨਾਲ ਸਾਨੂੰ ਸੁਜੈਸਟ ਕਰੋ ਕਿ ਅਸੀਂ ਜਿਹੜੀ ਨੈਕਸਟ ਵੀਡੀਓ ਉਹ ਕਿਸ ਕਿਊ ਕਾਰਡ ਦੇ ਉੱਪਰ ਅਪਲੋਡ ਕਰੀਏ ਥੈਂਕ ਯੂ